ਅਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪੰਥ ਦਾ ਦਾਸ ਰਣਜੀਤ ਸਿੰਘ ਰਾਣਾ ਪ੍ਰੋਗਰਾਮ ਅਖਰਾਂ ਦਾ ਸਰਨਾਵਾ ਲੈ ਕੇ ਆਪ ਸਭ ਦੇ ਸੰਮੁਖ ਹੈ ਆਪ ਸਭ ਜਾਣ ਦਿਓ ਕਿਸ ਪ੍ਰੋਗਰਾਮ ਦੇ ਵਿੱਚ ਸਿੱਖ ਫਲਸਫੇ ਦੀ ਗੱਲ ਕੀਤੀ ਜਾਂਦੀ ਹੈ ਸਿੱਖ ਲਿਟਰੇਚਰ ਦੀ ਗੱਲ ਕੀਤੀ ਜਾਂਦੀ ਹੈ ਔਰ ਗੁਰਮਤ ਮਨੋਗਿਆਨ ਦੀ ਗੱਲ ਕੀਤੀ ਜਾਂਦੀ ਹੈ ਗੁਰਬਾਣੀ ਦੀ ਗੱਲ ਕੀਤੀ ਜਾਂਦੀ ਹੈ ਪੰਜਾਬੀ ਲਿਟਰੇਚਰ ਦੀ ਗੱਲ ਕੀਤੀ ਜਾਂਦੀ ਹੈ ਦੁਨੀਆਂ ਦੀ ਕਿਸੇ ਬੋਲੀ ਦੇ ਵੀ ਸਾਹਿਤ ਦੀ ਗੱਲ ਕੀਤੀ ਜਾਂਦੀ ਹੈ ਪਰ ਉਹਨਾਂ ਦੀ ਗੱਲ ਕਰਨ ਲੱਗਿਆ ਉਹਨੂੰ ਗੁਰਮਤਿ ਮਨੋਵਿਗਿਆਨ ਦੇ ਨਾਲ ਮੇਚ ਕੇ ਦੇਖਿਆ ਜਾਂਦਾ ਹੈ ਅੱਜ ਮੈਂ ਖਾਸ ਤੌਰ ਤੇ ਆਪ ਸਭ ਦੇ ਨਾਲ ਪਾਕਿਸਤਾਨ ਦੇ ਫੌਜੀ ਡਿਕਟੇਟਰ ਰਹੇ ਜਿਹੜੇ ਬਾਅਦ ਵਿੱਚ ਰਾਸ਼ਟਰਪਤੀ ਬਣੇ ਮਿਲਟਰੀ ਚੀਫਸਨ ਰਾਸ਼ਟਰਪਤੀ ਬਣੇ ਆਰਮੀ ਚੀਫਸਨ ਰਾਸ਼ਟਰਪਤੀ ਬਣੇ ਜਨਰਲ ਅਜ਼ੂਬ ਖਾਨ ਦੀ ਲਿਖੀ ਹੋਈ ਬਾਇਓਗ੍ਰਾਫੀ ਹੈ ਕਿਤਾਬ ਦਾ ਨਾਮ ਹੈ ਫਰੈਂਡਸ ਨਾਟ ਮਾਸਟਰਸ ਉਹਦਾ ਜ਼ਿਕਰ ਕਰਨਾ ਹੈ ਪਰ ਤੁਸੀਂ ਹੈਰਾਨ ਹੋਵੋਗੇ ਕਿ ਸਿੱਖ ਫਲਸਫੇ ਦੀ ਗੱਲ ਗੁਰਮਤ ਦੀ ਗੱਲ ਗੁਰਮਤ ਮਨੋਵਿਗਿਆਨ ਦੀ ਗੱਲ ਤੇ ਕਿਤਾਬ ਉਹ ਵੀ ਜਨਰਲ ਅਜ਼ੂਬ ਖਾਨ ਦੀ ਬਾਇਓਗ੍ਰਾਫੀ ਉਹਦੀ ਜੀਵਨੀ ਉਹਦੀ ਗੱਲ ਕਰਨ ਲੱਗਾ ਇਸੇ ਕਰਕੇ ਮੈਂ ਕਿਤਾਬ ਦੀ ਗੱਲ ਕਰਨ ਤੋਂ ਪਹਿਲਾਂ ਇਹਦੇ ਨਾਲ ਜੁੜੀ ਇੱਕ ਘਟਨਾ ਦੀ ਗੱਲ ਕਰ ਲੈਣੀ ਹੈ ਤੇ ਉਹ ਘਟਨਾ ਲਿਖੀ ਆ ਡਾਕਟਰ ਨੋਖ ਸਿੰਘ ਨੇ ਚਾਈਨੀਜ਼ ਹਸਪਤਾਲ ਬਠਿੰਡਾ ਵਾਲਿਆਂ ਨੇ ਜਿਨੀ ਹਸਪਤਾਲ ਬਠਿੰਡਾ ਵਾਲੇ ਡਾਕਟਰ ਨੋਖ ਸਿੰਘ ਜੀ ਉਹਨਾਂ ਨੇ ਲਿਖਿਆ ਹੈ ਕਿ 1970 ਦੇ ਨਹੀਂ ਦੇਤੇ ਨੇ 70 ਦੇ ਦਹਾਕੇ ਦੇ ਵਿੱਚ ਉਹ ਸਿੰਗਾਪੁਰ ਚ ਰਹਿੰਦੇ ਸਨ ਤੇ ਸਿੰਗਾਪੁਰ ਦੀ ਇੱਕ ਬੜੀ ਨਾਮਵਰ ਸ਼ਖਸੀਅਤ ਹੋਈ ਹੈ ਸਰਦਾਰ ਮਿਹਰਬਾਨ ਸਿੰਘ ਜੀ ਬੜੀ ਜਾਣੀ ਪਛਾਣੀ ਸ਼ਖਸੀਅਤ ਹੈ ਬੇਸ਼ੱਕ ਉਹ 60 70 ਦੇ ਦਹਾਕਿਆਂ ਦੇ ਵਿੱਚ ਹੋਈ ਪਰ ਉਹਨਾਂ ਦਾ ਨਾਮ ਨਾ ਅੱਜ ਵੀ ਚੱਲਦਾ ਹੈ ਡਾਕਟਰ ਮਿਹਰਬਾਨ ਸਿੰਘ ਦਾ ਨਾਮ ਸਰਦਾਰ ਮਿਹਰਬਾਨ ਸਿੰਘ ਦਾ ਨਾਮ ਮੈਂ ਵੀ ਸੁਣਿਆ ਸਰਦਾਰ ਮਿਹਰਬਾਨ ਸਿੰਘ ਜੀ 1970 ਦੇ ਨੇੜੇ ਤੇੜੇ ਪਾਕਿਸਤਾਨ ਜਥਾ ਲੈ ਕੇ ਗਏ ਉਦੋਂ ਪਹਿਲਾਂ 17ਵੇਂ ਦੇ ਦਹਾਕੇ ਦੇ ਵਿੱਚ ਉਹਨਾਂ ਦਿਨਾਂ 'ਚ ਜਦੋਂ ਪਾਕਿਸਤਾਨ ਦੇ ਰਾਸ਼ਟਰਪਤੀ ਜਨਰਲ ਅਜੂਬ ਖਾਨ ਸੀ ਉਦੋਂ ਪਾਕਿਸਤਾਨ ਗੁਰਦਾਨ ਦੇ ਦਰਸ਼ਨ ਕਰਨ ਗਿਆ ਤੇ ਉਹਨਾਂ ਦਿਨਾਂ 'ਚ ਅੱਜ ਤੱਕ ਬਹੁਤ ਸਾਰੇ ਜਥੇ ਜਾਂਦੇ ਨੇ ਤੇ ਅੱਜ ਵੀ ਜਥੇ ਜਾਂਦੇ ਨੇ ਉਹਨਾਂ ਦੀ ਆਉ ਭਗਤ ਕਰਨ ਦੇ ਲਈ ਪੰਜਾਬ ਦਾ ਗਵਰਨਰ ਖਾਸ ਤੌਰ ਦੇ ਉੱਤੇ ਜਿਹੜਾ ਹੈ ਪਾਕਿਸਤਾਨੀ ਪੰਜਾਬ ਦਾ ਗਵਰਨਰ ਉਹਨਾਂ ਨੂੰ ਚਾਹ ਪਾਣੀ ਲਈ ਸੱਦਾ ਜਥੇ ਦੇ ਮੁਖੀਆਂ ਨੂੰ ਸਾਰੇ ਜਥੇ ਨੂੰ ਨਹੀਂ ਪਰ ਜਥੇ ਦੇ ਮੁਖੀਆਂ ਨੂੰ ਇਹ ਮੇਰਾ ਆਪਣਾ ਤਜਰਬਾ ਹੈ ਜਦੋਂ ਅਸੀਂ ਗਿਆ ਸਾ ਅਸੀਂ ਕਹਿ ਕੇ ਅਸੀਂ ਕਹਿੰਦੇ ਜੀ ਮੈਂ ਆਉਣਾ ਹੈ ਤੇ ਫਿਰ ਜਥਾ ਸਾਡਾ ਪੂਰਾ ਆਏਗਾ ਅਸੀਂ ਪੂਰਾ ਜਥਾ ਵੀ ਲੈ ਕੇ ਗਏ ਸਾ ਪਰ ਹਰ ਜਥੇ ਦੇ ਵਿੱਚੋਂ ਦੋ ਚਾਰ ਮੁਖੀ ਚੁਣ ਕੇ ਉਹ ਸਾਰਿਆਂ ਨੂੰ ਇਕੱਠੇ ਚਾਹ ਪਾਣੀ ਲਈ ਪੰਜਾਬ ਦਾ ਗਵਰਨਰ ਸਾਹਿਬ ਦਾ ਇੱਕ ਤਰ੍ਹਾਂ ਦਾ ਜੀ ਆਇਆਂ ਕਰਨ ਵਾਲੀ ਗੱਲ ਹੁੰਦੀ ਆ ਆਪਣੇ ਟੂਰਿਜ਼ਮ ਨੂੰ ਬੜਾਵਾ ਦੇਣ ਦੇ ਲਈ ਉਹ ਕੰਮ ਕਰਦੇ ਨੇ ਕੁਝ ਸਿਆਸੀ ਹੱਤ ਵੀ ਹੁੰਦੇ ਨੇ ਤੇ ਮਿਹਰਬਾਨ ਸਿੰਘ ਜੀ ਨੇ ਗੱਲ ਸੁਣਾਈ ਡਾਕਟਰ ਨੂਫ ਸਿੰਘ ਨੂੰ ਡਾਕਟਰ ਨੋਖ ਸਿੰਘ ਨੂੰ ਜਦੋਂ ਸਿੰਗਾਪੁਰ ਦੇ ਵਿੱਚ ਰਹਿੰਦੇ ਸਨ ਉਦੋਂ 70 ਦੇ ਦਹਾਕੇ ਦੇ ਵਿੱਚ ਕਿ ਜਦੋਂ ਉਹ ਪਾਕਿਸਤਾਨ ਗਏ ਤੇ ਉਹਨਾਂ ਨੂੰ ਰਾਸ਼ਟਰਪਤੀ ਨੇ ਕਿਹਾ ਉਹ ਲੋਕੀ ਬਹੁਤ ਘਟ ਜਾਂਦੇ ਸਨ ਜਿਹੜੇ ਮੁਖੀ ਮੁਖੀ ਸਨ ਜਥਿਆਂ ਦੇ ਮੁਖੀ ਸਨ ਉਹਨਾਂ ਨੂੰ ਰਾਸ਼ਟਰਪਤੀ ਨੇ ਚਾਲੀ ਸੱਧਿਆ ਪ੍ਰੀਤੀ ਭੋਜਨ ਦੇਣ ਵਾਲੀ ਗੱਲ ਹੁੰਦੀ ਹੈ ਤੇ ਜਦੋਂ ਗਾਇ ਰਾਸ਼ਟਰਪਤੀ ਭਵਨ ਦੇ ਅੰਦਰ ਜਦੋਂ ਜਨਰਲ ਯੂਬ ਖਾਨ ਪਾਕਿਸਤਾਨ ਦੇ ਰਾਸ਼ਟਰਪਤੀ ਸੀ ਮਿਹਰਬਾਨ ਸਿੰਘ ਨੇ ਕਿਹਾ ਰਾਸ਼ਟਰਪਤੀ 68 ਦੇਖਣ ਲਈ ਬੜਾ ਠਾਠ ਉਹਨਾਂ ਦੇਸ਼ਾਂ ਦੇ ਵਿੱਚ ਤਾਂ ਆਪਣੇ ਵੱਡੇ ਅਉਧੇਦਾਰਾਂ ਦੇ ਵੱਡੇ ਰਤੂਵੈਲਾਂ ਦੇ ਠਾਠ ਹੀ ਬੜੇ ਹੁੰਦੇ ਆ ਮੁੱਖ ਮੰਤਰੀ ਦਾ ਠਾਠ ਦੇਖਣ ਵਾਲਾ ਹੁੰਦਾ ਹੈ ਗਵਰਨਰ ਦਾ ਠਾਠ ਦੇਖਣ ਵਾਲਾ ਹੁੰਦਾ ਹੈ ਤੇ ਰਾਸ਼ਟਰਪਤੀ ਜਿਹੜਾ ਸਾਰੇ ਦੇਸ਼ ਦਾ ਇਹ ਮੁਖੀ ਹੈ ਤੇ ਖਾਸ ਕਰਕੇ ਉਹ ਰਾਸ਼ਟਰਪਤੀ ਜਿਹੜਾ ਫੌਜਾਂ ਦਾ ਚੀਫ ਵੀ ਰਿਆ ਹੋਵੇ ਪ੍ਰਧਾਨ ਮੰਤਰੀ ਦੀ ਪਾਵਰ ਵੀ ਉਹਦੇ ਕੋਲ ਹੋਵੇ ਰਾਸ਼ਟਰਪਤੀ ਦੀ ਪਾਵਰ ਵੀ ਸਾਰੀਆਂ ਪਾਵਰਾਂ ਉਹਦੇ ਕੋਲ ਹੋਣ ਡਿਕਟੇਟਰ ਵਰਗੀ ਪਾਵਰ ਹੋਵੇ ਸਾਰੀ ਉਹਦੇ ਠਾਠ ਕਿੱਦੇ ਹੋਣ ਤੇ ਮਿਹਰਬਾਨ ਸਿੰਘ ਜੀ ਨੇ ਦੱਸਿਆ ਕਿ ਮੈਂ ਰਾਸ਼ਟਰਪਤੀ ਦਾ ਠਾਠ ਦੇਖਣ ਦੇ ਲਈ ਜਨਰਲ ਅਜੂਬ ਖਾਨ ਦਾ ਠਾਠ ਦੇਖਣ ਦੇ ਲਈ ਰਾਸ਼ਟਰਪਤੀ ਭਵਨ 'ਚ ਬਿਠਿਆ ਚਾਰੇ ਬੰਨੇ ਨਿਗਾਹ ਕ ਤੁਹ ਕਿਤੇ ਕੀ ਦੇਖਿਆ ਕਿ ਰਾਸ਼ਟਰਪਤੀ ਜਿੱਥੇ ਬੈੰਦੇ ਨੇ ਉਹਨਾਂ ਦੇ ਉੱਤੇ ਸਿਰ ਦੇ ਦੋ ਬਹੁਤ ਸ਼ਾਨਦਾਰ ਸੁਨਹਿਰੀ ਤਖਤੀਆਂ ਜਿਹੜੀਆਂ ਨੇ ਬਣਾ ਕੇ ਉੱਤੇ ਲਟਕਾਈਆਂ ਹੋਈਆਂ ਨੇ ਬਹੁਤ ਸਤਿਕਾਰ ਦੇ ਨਾਲ ਉਹ ਦੋ ਤਖਤੀਆਂ ਦੇ ਵਿੱਚ ਇੱਕ ਦੇ ਵਿੱਚ ਤਾਂ ਉਰਦੂ ਜ਼ੁਬਾਨ ਦੇ ਵਿੱਚ ਤੇ ਦੂਜੀ ਉੱਤੇ ਪੰਜਾਬੀ ਗੁਰਮੁਖੀ ਜ਼ੁਬਾਨ ਦੇ ਵਿੱਚ ਮੂਲ ਮੰਤਰ ਲਿਖਿਆ ਹੋਇਆ ਹੈ ਦੋ ਨਵਲ ਸੀ ਜਿਹੜੀਆਂ ਤਖਤੀਆਂ ਨੇ ਇੱਕ ਦੂਜੇ ਦੇ ਸਾਹਮਣੇ ਇੱਕ ਬੰਨੇ ਉਰਦੂ ਜਬਾਨ ਦੇ ਵਿੱਚ ਉਰਦੂ ਅੱਖਰਾਂ ਦੇ ਵਿੱਚ ਤੇ ਦੂਜੇ ਬੰਨੇ ਜਾਨਕੀ ਸ਼ਾ ਮੁਖੀ ਲਿਪੀ ਦੇ ਵਿੱਚ ਦੂਜੇ ਬੰਨੇ ਗੁਰਮੁਖੀ ਲਿਪੀ ਦੇ ਵਿੱਚ ਪੰਜਾਬੀ ਦੇ ਵਿੱਚ ਮੂਲ ਮੰਤਰ ਲਿਖਿਆ ਦੋ ਤਖਤੀਆਂ ਸੁਨਹਿਰੀ ਤਖਤੀਆਂ ਬਹੁਤ ਸ਼ਾਨਦਾਰ ਤਖਤੀਆਂ ਉੱਤੇ ਲਾਈਆਂ ਹੋਈਆਂ ਨੇ ਪੇਂਟਿੰਗ ਦੇ ਪੇਂਟਿੰਗਾਂ ਨੂੰ ਕੀਤਾ ਹੋਇਆ ਸਾਰਾ ਮਹਿਮਾਨ ਨੇ ਦੇਖਿਆ ਇਸਲਾਮਿਕ ਰਿਪਬਲਿਕ ਪਾਕਿਸਤਾਨ اسلامک دیش ਉੱਥੋਂ ਦਾ ਰਾਸ਼ਟਰਪਤੀ ਆ ਤੇ ਉਹਦੇ ਸਿਰ ਤੇ ਗੁਰਬਾਣੀ ਦਾ ਮੂਲ ਮੰਤਰ ਲਟਕ ਰਿਹਾ ਹੈ ਪੇਂਟਿੰਗ ਲੱਗੀ ਹੋਈ ਹੈ ਸ਼ਾਨਦਾਰ ਸ਼ਬਦਾਂ ਦੇ ਬਹੁਤ ਸਤਕਾਰ ਦੇ ਨਾਲ ਮਿਹਰਬਾਨ ਦਿਲੀ ਹੈਰਾਨ ਹੋਣਾ ਤੇ ਉਹਦੇ ਮਨ ਚ ਖਿਆਲ ਵੀ ਆ ਕੇ ਸ਼ਾਇਦ ਸਿੱਖ ਜਥਾ ਆ ਰਿਹਾ ਤਾਂ ਲੜਕਾਈ ਗਈ ਹੋਵੇ ਤਾਂ ਇਹ ਪੇਂਟਿੰਗ ਲਾਈ ਗਈ ਹੋਵੇ ਤੇ ਉਹਦੇ ਕੋਲ ਰਹਿ ਨਹੀਂ ਹੋਇਆ ਗਿਆ ਜਿਗਿਆਸਾ ਜਾਗਬੀਤ ਉਹਨੇ ਪੁੱਛਿਆ ਜੀ ਜਨਰਲ ਯੂਬ ਖਾਨ ਨੂੰ ਰਾਸ਼ਟਰਪਤੀ ਨੂੰ ਕਿ ਸਰ ਜੀ ਆ ਜਿਹੜੀ ਮੂਲ ਮੰਤਰ ਦੇ ਉੱਤੇ ਪੇਂਟਿੰਗ ਲਾਈ ਹੋਈ ਆ ਉਰਦੂ ਚ ਵੀ ਪੰਜਾਬੀ ਚ ਵੀ ਗੁਰਮੁਖੀ ਚ ਵੀ ਜਾਨੀ ਕਿ ਸ਼ਾਹਮੁਖੀ ਚ ਵੀ ਤੇ ਗੁਰਮੁਖੀ ਵਿੱਚ ਵੀ ਇਹ ਸਾਡੇ ਔਨ ਕਰਕੇ ਲਾਈ ਜਾ ਦਾ ਕੋਈ ਹੋਰ ਰਾਜ ਆ ਕారణ ਕੀ ਹੈ ਇਸਲਾਮਕ ਦੇਸ਼ ਦਾ ਮੁਖੀ ਆ ਉਹਦੇ ਕਮਰੇ ਚ ਲੱਗੀ ਗੱਲ ਕੋਈ ਛੋਟੀ ਗੱਲ ਨਹੀਂ ਵੱਡੀ ਗੱਲ ਆ ਤਾਂ ਜਨਰਲ ਯੂਬ ਖਾਨ ਆਖਣ ਲੱਗਾ ਕਿ ਆ ਮੂਲਮント ਦੀ ਬਦੌਲਤ ਹੀ ਅੱਜ ਮੈਂ ਰਾਸ਼ਟਰਪਤੀ ਆ। ਇਹ ਮੇਰਾ ਸਤਿਕਾਰ ਹੈ ਮੂਲਮント ਪ੍ਰਤੀ। ਇਹ ਮੇਰਾ ਕਿਦਾ ਇੱਕ ਤਰ੍ਹਾਂ ਦਾ ਮੂਲਮント ਪ੍ਰਤੀ। ਜਿਦੇ ਕਰਕੇ ਮੈਨੂੰ ਸਾਰਾ ਕੁਝ ਪ੍ਰਾਪਤ ਹੋਇਆ ਏ। ਉਹਦੇ ਕਰ ਉਹਦਾ ਸਤਿਕਾਰ ਹੈ ਮੇਰੇ ਸਿਰ ਦੇ ਉੱਤੇ ਆ। ਮੈਂ ਜਦੋਂ ਫੌਜ ਦਾ ਚੀਫ ਆਫ ਆਰਮੀ ਸੀ ਉਦੋਂ ਵੀ ਇਹ ਮੇਰੇ ਦਫ਼ਤਰ 'ਚ ਮੇਰੇ ਸਿਰ ਤੇ ਹੁੰਦਾ ਸੀ। ਰਹਿਮਤ ਪਰੇ ਸ਼ਾਇਆ ਮੂਲਮੰਤਰ ਦਾ। ਤੇ ਮੈਂ ਤੇ ਰਾਸ਼ਟਰਪਤੀ ਤੇ ਇਹ ਵੀ ਕਿਉਂਕਿ ਮੈਂ ਸਾਰੀ ਇਹ ਮੂਲ ਮੰਤਰ ਦੀ ਦੇਣ ਹੈ ਜੋ ਕੁਝ ਮੈਂ ਪ੍ਰਾਪਤ ਕੀਤਾ ਇਸ ਵਿੱਚ ਨਿਰਮਨ ਸਿੰਘ ਜੀ ਹੋਰ ਜਿਗਾਸਾ ਜਾ ਕੇ ਬਈ ਕਹਿੰਦੇ ਇੱਥੇ ਗੱਲ ਨਹੀਂ ਮੁੱਕਣੀ ਫੇ ਹੋਣਾ ਪੂਰਾ ਖੋਲ ਕੇ ਦੱਸੋ ਇਹ ਕਿਦਾਂ ਤੇ ਯੂਬਖਾਨ ਨੇ ਦੱਸਿਆ ਕਿ ਡਾਕੂਮੈਂਟ ਦੀ ਚੁੱਪੀ ਧਾਰਨ ਤੋਂ ਬਾਅਦ ਚ ਕਿ ਜਦੋਂ ਮੈਂ ਛੋਟਾ ਹੁੰਦਾ ਸੀ ਅਬਟਾ ਬਾਅਦ ਚ ਅਸੀਂ ਰਹਿੰਦੇ ਸੀ ਅਬਤਾਬਾਦ ਖਾਲਸਾ ਸਕੂਲ ਚੋਂ ਪੜਿਆ ਕਰਦਾ ਸੀ ਸਿੱਖਾਂ ਦਾ ਇਲਾਕਾ ਸੀ ਜਿਹਦੇ ਚ ਉਹਨਾਂ ਦੇ ਮੁਸਲਮਾਨਾ ਦੇ ਵੀ ਬੱਚੇ ਸਾਂਝੀ ਬਸੂ ਸੀ 1947 ਤੋਂ ਪਹਿਲਾਂ ਤਾਂ ਅਬਤਾਬਾਦ ਦੇ ਖਾਲਸਾ ਸਕੂਲ ਚੋਂ ਪੜਿਆ ਕਰਦਾ ਸੀ ਤੇ ਖਾਲਸਾ ਸਕੂਲ ਦੇ ਜਿਹੜੇ ਅਬਤਾਬਾਦ ਦੇ ਖਾਲਸਾ ਸਕੂਲ ਦੇ ਸਭ ਤੋਂ ਨਲਾਇਕ ਵਿਦਿਆਰਥੀ ਸੀ ਆਪਣੀ ਕਲਾਸ ਦੇ ਉਹਨਾਂ ਚੋਂ ਇੱਕ ਅਜੂਬ ਖਾਨ ਸੀ ਤੇ ਉਹਨਾਂ ਦਿਨਾਂ ਚ ਟੀਚਰ ਵੀ ਅਜ ਵਰਗੇ ਨਹੀਂ ਸਨ ਉਹਦੇ ਕੁੱਟ ਪੈਂਦੀ ਹੁੰਦੀ ਸੀ ਸਾਡੇ ਸਮੇਂ ਤੱਕ ਪੈਂਦੀ ਰਹੀ ਸਾਡੇ ਮੇਰੇ ਹਾਣੀਆਂ ਨੇ ਆਪਣੇ ਟੀਚਰਾਂ ਤੋਂ ਬਹੁਤ ਕੁਟ ਖਾਦੀ ਹੋਈ ਹੈ ਅੱਜ ਨਹੀਂ ਪੈਂਦੀ ਅੱਜ ਤਾਂ ਸਕੂਲਾਂ 'ਚ ਨਹੀਂ ਕੋਈ ਕੁਛ ਕਹਿੰਦਾ ਅੱਜ ਤਾਂ ਪਿਆਰ ਨਾਲ ਪੜਾਇਆ ਜਾਂਦਾ ਕੋਈ ਪੜ ਗਿਆ ਪੜ ਗਿਆ ਨਾ ਪੜ ਗਿਆ ਨਾ ਪੜ ਗਿਆ ਤੇ ਉਹਦੋਂ ਜਿਹੜੇ ਟੀਚਰ ਹੁੰਦੇ ਸੀ ਉਹ ਆਪਣੀ ਜ਼ਿੰਮੇਵਾਰੀ ਸਮਝਦੇ ਸੀ ਕਿ ਇਹਨੂੰ ਚੰਗੀਆਂ ਆਟਾਂ ਵੀ ਦੇਣੀਆਂ ਨੇ ਇਹਨੂੰ ਚੰਗੀ ਪੜ੍ਹਾਈ ਵੀ ਦੇਣੀ ਹੈ ਤੇ ਜੇਕਰ ਨਹੀਂ ਇਹ ਸਿੱਧੀ ਤਰ੍ਹਾਂ ਸੂਤ ਆਉਂਦਾ ਤੇ ਫਿਰ ਕੰਨ ਵੀ ਫੜਾਉਣੇ ਨੇ ਮੁਰਗਾ ਵੀ ਬਣਾਉਣਾ ਹੈ ਤੇ ਤੂਦੀਆਂ ਛਿੱਟੀਆਂ ਦੇ ਨਾਲ ਤੂਦੀਆਂ ਛੋਟੀਆਂ ਹੁੰਦੀਆਂ ਸਨ ਉਹਨਾਂ ਦਾ ਕੁੱਟਣਾ ਵੀ ਆ ਚੁੱਪਣਾ ਤਾਂ ਫੇ ਆਮ ਗੱਲ ਹੁੰਦੀ ਸੀ ਕੰਨ ਫੜਾਉਣੇ ਮੁਰਗਾ ਬਣਾਉਣਾ ਆਮ ਗੱਲ ਹੁੰਦੀ ਸੀ ਕੰਨ ਫੜਾਉਣੇ ਲੱਤਾਂ ਫਾਣੀ ਕੰਨ ਫੜਾਉਣੇ ਡੈਸ ਤੇ ਖੜਾ ਕਰ ਦੇਣਾ ਸਾਰੀ ਦਿਹਾੜੀ ਖੜੇ ਕੀਤੀ ਰੱਖਣਾ ਇਹ ਆਮ ਗੱਲ ਹੁੰਦੀ ਸੀ ਪਰ ਤੂਦੀਆਂ ਛਿਟੀਆਂ ਦੇ ਨਾਲ ਕੋਟੀ ਵੀ ਪੈਂਦੀ ਲਾਸ਼ਾ ਬਹਿ ਜਾਂਦੀ ਹੁੰਦੀ ਸੀ ਐਸੀ ਛੋਟੀ ਉਮਰ ਚ ਸਾਰਾ ਕੁਛੰਡਾਇਆ ਆਪਣੇ ਟੀਚਰਾਂ ਦੇ ਕੋਲੋਂ ਕਿਉਂਕਿ ਇਹ ਸਾਰਿਆਂ ਨੂੰ ਇਹ ਚ ਨੰਗਣਾ ਪੈਂਦਾ ਸੀ ਥੋੜਾ ਲੈਕ ਵਿਦਿਆਰਥੀ ਥੋੜਾ ਘੱਟ ਨੰਗਦਾ ਸੀ ਥੋੜਾ ਨਲਾਇਕ ਵਿਦਿਆਰਥੀਓ ਥੋੜਾ ਜਿਆਦਾ ਨੰਗਣਾ ਪੈਂਦਾ ਸੀ ਪਰ ਨੰਗਦੇ ਕਲਾਸ ਦੇ ਸਾਰੇ ਹੀ ਹੁੰਦੇ ਸਨ ਇਹ ਸਾਡੇ ਸਮੇਂ ਦੀ ਗੱਲ ਤੇ ਜਨਰਲ ਯੂਬਖਾਂ ਉਦੋਂ ਵੀ ਪਹਿਲਾਂ ਦੇ ਸਮੇਂ ਦੀ ਗੱਲ ਤੇ ਕਹਿੰਦਾ ਵੀ ਨਲਾਇਕ ਵਿਦਿਆਰਥੀ ਸਾਂ ਕੁੱਟਤਾ ਪੈਂਦੀ ਹੁੰਦੀ ਸੀ ਜਾਣਾ ਹਰ ਗੱਲੇ ਰੋਜ਼ ਹੀ ਤੂਦ ਦੀ ਸ਼ਿਟੀ ਵਰਜਾਣੀ ਰੋਜ਼ ਪੂਰੀ ਕਲਾਸ ਦੇ ਵਿੱਚ ਬੇਚਤੀ ਹੋਣੀ ਕਈ ਕਈ ਵਾਰੀ ਸਾਰਾ ਸਾਰਾ ਦਿਨ ਡੈਸਕ ਤੇ ਖੜੇ ਹੋਣਾ ਉੱਤੇ ਚੜ ਕੇ ਖੜਾ ਰਹਿ ਭਾਈ ਬਾਹਾਂ ਵਿੱਚ ਚਕਲਾਤਾ ਨੂੰ ਬਾਹਾਂ ਵਿੱਚ ਚਕਾਦਣੀਆਂ ਕੰਨ ਫੜਾ ਦੇਣੇ ਬੈਠਕਾ ਘੜਾ ਦੇਣੀਆਂ ਇਸ ਸਾਰੀ ਆਮ ਗੱਲ ਹੁੰਦੀ ਸੀ ਤੇ ਰੋਜ਼-ਰੋਜ਼ ਕਲਾਸ ਦੇ ਵਿੱਚ ਆਪਣੇ ਹਮ ਜਮਾਤੀਆਂ ਦੇ ਸਾਹਮਣੇ ਬੇਇੱਜ਼ਤ ਹੋਣ ਨਾਲੋਂ ਬਿਹਤਰ ਅਜੂਬਖਾਨੇ ਸੋਚਣਾ ਸ਼ੁਰੂ ਕਰਤਾ ਵੀ ਮੈਂ ਸਕੂਲੇ ਜਾਵਾਂ ਹੀ ਨਾ ਸਿੱਖਾਂ ਦਾ ਇਲਾਕਾ ਸੀ ਖਾਲਸਾ ਸਕੂਲ ਸੀ ਆਪਦਾਬਾਦ ਖਾਲਸਾ ਸਕੂਲ ਸੀਗਾ ਤੇ ਉਹ ਕਹਿੰਦਾ ਵੀ ਲੁਕਣ ਲਈ ਫੇ ਕਿਹੜੀ ਥਾਂ ਲੱਭਾਂ ਮੈਂ ਰਾਜ ਸਾਰੀ ਦੀ ਅਕਤਰੀ ਮਿਆਂ ਜਿੱਥੇ ਕੁਝ ਖਾਣ ਪੀਣੂ ਵੀ ਮਿਲ ਸਕੇ ਤੇ ਕਹਿੰਦਾ ਲੁਕਣ ਲਈ ਮੈਨੂੰ ਲੱਗਾ ਕਿ ਮੇਰੇ ਅਵਾ ਨੇ ਮੇਰੇ ਘਰ ਦਿਆਂ ਨੇ ਬਾਕੀ ਦਾ ਵੀ ਜਿੱਥੇ ਵੀ ਰਹਾ ਮੈਨੂੰ ਲੱਭ ਲੈਣਾ ਹੈ ਸਕੂਲੇ ਨਾ ਗਿਆ ਤੇ ਲੁਕਣ ਲਈ ਮੇ ਕੋਈ ਇੱਕੋ ਹੀ ਥਾਂ ਹੈ ਵਧੀਆ ਸਭ ਤੋਂ ਗੁਰਦੁਆਰਾ ਰਾਜ ਚ ਪੈਂਦਾ ਸਕੂਲ ਦੇ ਤੇ ਘਰ ਦੇ ਰਾਜ ਗੁਰਦੁਆਰਾ ਪੈਂਦਾ ਮੈਂ ਗੁਰਦੁद्वारे ਚਲੇ ਜਾਇਆ ਕਰਾਂ ਤੇ ਗੁਰਦੁਆਰੇ ਜਾ ਕੇ ਨਾਲੇ ਉੱਥੇ ਗੁਰਦੁਆਰੇ ਚ ਗੁਰਦੁਆਰ ਦੇ ਨਾਲ ਜਿਹੜੇ ਛੋਟਾ ਜਿਹਾ ਬਾਗਜਾ ਲੱਗਦਾ ਸੀ ਉੱਥੇ ਬੈਠੇ ਰਹਿਣਾ ਤੇ ਜਾਂ ਤਾਂ ਮੈਂ ਉੱਥੇ ਬੈਠਾ ਰਹਿੰਦਾ ਤੇ ਜੇ ਕਿਤੇ ਮੈਨੂੰ ਭੁੱਖ ਵੀ ਲੱਗਦੀ ਉੱਥੇ ਰਾਜ ਇੱਕ ਜਾਂ ਤਾਂ ਘਰੋਂ ਲਗਿਆ ਹੋਇਆ ਪਰੌਂਠਾ ਉੱਥੇ ਕੱਢ ਕੇ ਖਾ ਲੈਂਦਾ ਤੇ ਜਾਂ ਫਿਰ ਗੁਰਦੁਆਰੇ ਚ ਚਾਹ ਵੀ ਮਿਲ ਜਾਂਦੀ ਸਾਰਾ ਕੁਝ ਮਿਲ ਜਾਂਦਾ ਚੱਲਦਾ ਸੀ ਲੰਗਰ ਤੇ ਮੇਰੇ ਲਈ ਉਹ ਵਧੀਆ ਗੱਲ ਸੀ ਇੱਕ ਦਿਨ ਇਦਾਂ ਲੰਗਿਆ ਦੂਜਾ ਦਿਨ ਇਦਾਂ ਲੰਗਿਆ ਜਦੋਂ ਤੀਜਾ ਦਿਨ ਵੀ ਇਦਾਂ ਕਿਤੇ ਆਉਣ ਲੱਗਾ ਨਾ ਤੇ ਗਿਆਨੀ ਨੇ ਮੈਨੂੰ ਤਾਲ ਲਿਆ ਵੀ ਇਹ ਬੰਦਾ ਜਾਂਦਾ ਸਕੂਲੇ ਆ ਰਹਿ ਜਾਂਦਾ ਗੁਰਦੁਆਰੇ ਇਥੇ ਬਾਗ ਚ ਬੈਠਾ ਰਹਿੰਦਾ ਹੈ ਜੀ ਸਕੂਲ ਜਾਣ ਦੀ ਉਮਰ ਆ ਤੇ ਉਹ ਦੋਤ ਨਾ ਨਾ ਨਾਵਾਂ ਦਾ ਵੀ ਭੇਤੀ ਹੋ ਗਿਆ ਜਾਣ ਗਿਆ ਸੀ ਕਿੰਨਾ ਦਾ ਬੱਚਾ ਤੇ ਉਹਨੇ ਤੀਜੇ ਦਿਨ ਫੇ ਫੜ ਲਿਆ ਆ ਕੇ ਕਹਿੰਦਾ ਜੁੱਬਿਆ ਗੱਲ ਸੁਣ ਤੂੰ ਗੁਰਦੁਆਰੇ ਆ ਕੇ ਬੈਠਾ ਰਹਿਣਾ ਸਕੂਲੇ ਕਿਉਂ ਜਾਂਦਾ ਤੇਰਾ ਟਾਈਮ ਸਕੂਲ ਜਾਂਦਾ ਹੈ ਤੂੰ ਜੇ ਹੁਣ ਨਾ ਸਕੂਲੇ ਗਿਆ ਨਾ ਪੜਿਆ ਪਛਤਾਏਗਾ ساری ਉਮਰ ਸਮਾ ਸਕੂਲ ਦਾ ਹੈ ਬੈਠਾ ਤੂੰ ਇੱਥੇ ਆ ਕੇ ਗੁਰਦੁਆਰੇ ਦੇ ਬਾਗ ਚ ਰਹਿਣਾ ਹੈ ਤੇ ਜਦੋਂ ਜੀ ਕਰਦਾ ਇਥੇ ਖਾਪੀ ਲੈਣਾ ਤੇ ਬਾਅਦ ਫਿਰ ਜਾ ਕੇ ਬਾਗ 'ਚ ਖੇਡਣ ਲੱਪੈਣਾ ਏ ਤੇ ਤੇਰੀ ਮਾੜੀ ਆਦਤ ਪਛਟਾਏਗਾ ਵੱਡਾ ਹੋ ਕੇ ਬਹੁਤ ਸਕੂਲੇ ਜਾਣ ਸਮਝ ਸਰ ਜਨਰਲ ਯੂਬ ਖਾਨ ਜਿਹੜਾ ਯੂਬੇ ਦੇ ਰੂਪ 'ਚ ਸੀ ਉਦੋਂ ਸੀ ਜਿਹਨੂੰ ਗ੍ਰਾਂਥੀ ਨੇ ਜੁਬਾ ਕਹਿ ਸੀ ਗੁਰਦਾਰ ਤੇ ਗ੍ਰਾਂਥੀ ਨੇ ਯੂਬਿਆ ਪਛਟਾਏਗਾ ਉਹ ਕਹਿੰਦਾ ਸਕੂਲੇ ਜਾਣ ਦਾ ਕੀ ਫਾਇਦਾ ਉੱਥੇ ਜਾ ਕੇ ਜਿਹੜਾ ਪੜਾਉਂਦੇ ਨੇ ਪਹਿਲੇ ਜਦੋਂ ਪਹਿਲਾ ਸ਼ਵੇਰ ਦਾ ਸਮਾਂ ਆਉਂਦਾ ਏ ਮੇਰੀ ਕਦੀ ਵਰਦੀ ਨਹੀਂ ਹੁੰਦੀ ਕਦੀ ਮੈਂ ਕੰਮ ਨਹੀਂ ਹੋਮਵਰਕ ਨਹੀਂ ਕੀਤਾ ਹੁੰਦਾ ਕਦੀ ਕੁਝ ਨਹੀਂ ਕੀਤਾ ਹੁੰਦਾ ਤੇ ਮੈਨੂੰ ਤਾਂ ਸਵੇਰ ਤੋਂ ਜਾ ਕੇ ਡੈਸਕ ਤੇ ਖੜਾ ਕਰ ਦਿੰਦੇ ਨੇ ਜਾਂ ਬੈਠ ਕੇ ਕੱਢਣ ਲਈ ਕਹਿੰਦੇ ਨੇ ਤੂੰ ਉਹਦੀਆਂ ਛਿਟੀਆਂ ਖਾ ਕੇ ਘਰ ਮੁੜ ਜਾਣਾ ਪੜਦਾ ਵਰਦਾ ਤਾਂ ਮੁੱਠੇ ਵੀ ਸਕੂਲ ਜਾ ਕੇ ਵੀ ਨਹੀਂ ਬੇਇੱਜ਼ਤੀ ਵੱਖਰੀ ਹੁੰਦੀ ਆ ਤੇ ਬੇਇੱਜ਼ਤੀ ਤੋਂ ਵਜੋਂ ਦਾ ਤਰੀਕਾ ਇੱਕੋ ਇੱਕ ਹੈ ਕਿ ਮੈਂ ਇੱਥੇ ਲੁਕ ਜਾ ਆ ਕਰਾਂ ਤਾਂ ਬਾਸ ਕਰ ਆਪਣਾ ਗੁਰਦੁਆਰੇ ਬੈਠ ਕੇ ਬੜਾ ਸੁਣਾ ਦਿਨ ਲੰਘਦਾ ਇੱਥੇ ਤੇ ਜਾਨੀ ਕਹਿਣ ਲੱਗਾ ਜੂਬਿਆ ਪੜੀਦਾ ਹੁੰਦਾ ਪੜਾਈ ਬੜੇ ਕੰਮ ਦੀ ਚੀਜ਼ ਹੁੰਦੀ ਆ ਉਹ ਜੂਬਾ ਕੋ ਕਹਿਣ ਲੱਗਾ ਕਿ ਮਿੱਤੂ ਰੋਜ਼ ਰੋਜ਼ ਘੁੱਟ ਨਹੀਂ ਖਾਦੀ ਜਾਂਦੀ ਤੋ ਗਿਆਨੀ ਕੰਨ ਲਗਾ ਜੇ ਕੁੱਟ ਖਾਣ ਦਾ ਹੱਲ ਕਰ ਦਈਏ ਤੇਰਾ ਤੈਨੂੰ ਕੁੱਟ ਪਵੇ ਹੀ ਨਾ ਤੇ ਤੈਨ ਤੋਂ ਕੋਈ ਗੱਲ ਗਲਤ ਗੱਲ ਹੋਵੇ ਹੀ ਨਾ ਇਹੋ ਜੀ ਤੇ ਤੈਨ ਤੋਂ ਗਲਤੀ ਹੋਵੇ ਨਾ ਜੇ ਉਹ ਇੰਤਜ਼ਾਮ ਕਰ ਦਿਆ ਫਿਰ ਸਕੂਲੇ ਜਾਏਗਾ ਉਹ ਕਹਿੰਦਾ ਹਾਂਜੀ ਫਿਰ ਤਾਂ ਜਾਊਂਗਾ ਜੇ ਮੈਨੂੰ ਕੁੱਟ ਨਾ ਪਵੇ ਤਾਂ ਕਹਿੰਦਾ ਲੈ ਫਿਰ ਗਿਆਨੀ ਨੇ ਬੜੇ ਮਾਨ ਨਾਲ ਬੜੇ ਵਿਸ਼ਵਾਸ ਨਾਲ ਗੱਲ ਆਖੀ ਕਿ ਜੂਬਿਆ ਅੱਜ ਤੋਂ ਬਾਅਦ ਇਹ ਸਕੂਲੇ ਕੁੱਟ ਨਹੀਂ ਪੈਗੀ ਪਰ ਸ਼ਰਤ ਇੱਕੋ ਐ ਇੱਕ ਤਾਂ ਸਵੇਰੇ ਸਮੇਂ ਸਿਰ ਉੱਠਣਾ ਸਵੇਰੇ ਸਮੇਂ ਸਰ ਉੱਠ ਕੇ ਜਿਹੜਾ ਸਕੂਲ ਦਾ ਪਾਠ ਹੈ ਤੈਨੂੰ ਦਿੱਤਾ ਪਹਿਲੇ ਦਿਨ ਦਾ ਉਹਨੂੰ ਯਾਦ ਵੀ ਕਰਨਾ ਹੈ ਜੇ ਕੋਈ ਲਿਖਣ ਨੂੰ ਦਿੱਤਾ ਉਹਨੂੰ ਲਿਖਣਾ ਵੀ ਹੈ ਹੋਮਵਰਕ ਵੀ ਕਰਨਾ ਹੈ ਜਿਹੜਾ ਦਿੱਤਾ ਜਾਂਦਾ ਹੈ ਪਰ ਉਦੋਂ ਪਹਿਲਾਂ ਮੂਲ ਮੰਤਰ ਦਾ ਪਾਠ ਜ਼ਰੂਰ ਕਰਨਾ ਗੁਰਬਾਣੀ ਦਾ ਮੂਲ ਮੰਤਰ ਕਹਿੰਦਾ ਉਹਨੇ ਮੈਨੂੰ ਸੁਣਾਤਾ ਤੇ ਮੈਂ ਸੁਣ ਲਿਆ ਤੇ ਮੈਂ ਪੜ ਲਿਆ ਮੈਨੂੰ ਕਹਿੰਦਾ ਯਾਦ ਕਰ ਤੇ ਕਹਿੰਦਾ ਮੈਂ ਦੋ ਵਾਰੀ 10 ਵਾਰੀ ਯਾਦ ਉਸ ਦਿਨ ਦਾ ਪੂਰਾ ਦਿਨ ਲਾਇਆ ਤੇ ਮੈਨੂੰ ਮੂਲ ਮੰਤਰ ਯਾਦ ਹੋ ਗਿਆ ਤੇ ਉਹਨੇ ਲਿਖ ਕੇ ਵੀ ਦੇ ਦਿੱਤਾ ਗ੍ਰੰਥੀ ਨੇ ਲੈ ਮੂਲ ਮੰਤਰ ਦਾ ਪਾਠ ਕਰਿਆ ਕਰੀ ਪਰ ਹੋਮਵਰਕ ਮੂਲ ਮੰਤਰ ਦਾ ਪਾਠ ਕਰਕੇ ਜਰੂਰ ਕਰਨਾ ਹੈ ਕਿਸੇ ਦਾ ਬੁਰਾ ਸੋਚਦਾ ਨਹੀਂ ਗੁਰੂ ਨਾਨਕ ਦਾ ਧਿਆਨ ਤਰੀ ਲੈ ਤੈਨੂੰ ਸਕੂਲੋਂ ਕੱਟ ਪੈਣੀ ਬੰਦ ਹੋ ਜਾਏਗੀ ਹੁਣ ਮੂਲ ਮੰਤਰ ਦਾ ਜਾਪ ਕਰਨਾ ਸ਼ੁਰੂ ਕਰਤਾ ਉਸੇ ਦਿਨ ਤੋਂ ਹੀ ਅਜੀਬ ਖਾਨ ਜਦੋਂ ਅਜੇ ਉਹ ਯੁਵਾਈ ਸੀ ਮੂਲ ਮੰਤਰ ਦਾ ਪਾਠ ਕਰਨਾ ਸ਼ੁਰੂ ਕਰ ਦਿੱਤਾ ਜਿਹੜਾ ਹੋਮਵਰਕ ਉਹਨੂੰ ਮਿਲਿਆ ਸੀਗਾ ਉਹਨੇ ਉਹ ਕਰਨਾ ਸ਼ੁਰੂ ਕਰ ਦਿੱਤਾ ਪਾਠ ਯਾਦ ਕਰਨਾ ਸ਼ੁਰੂ ਕਰ ਦਿੱਤਾ ਤੇ ਉਹ ਦੂਜੇ ਦਿਨ ਫਿਰ ਸਕੂਲੇ ਜਦੋਂ ਗਿਆ ਚਾਈ ਚਾਈ ਉਹਨੂੰ ਪੁੱਛਿਆ ਗਿਆ ਕਿਦਾ ਵੀ ਹੋਮਵਰਕ ਉਹਨੇ ਕਿਹਾ ਕੀਤਾ ਜੀ ਪਾਠ ਯਾਦ ਕੀਤਾ ਜੀ ਤੇ ਨਾਲ ਉਹਨੇ ਮੂੰਹ ਚ ਬੂਲ ਮੰਤਰ ਦਾ ਪਾਠ ਕਰਨਾ ਸ਼ੁਰੂ ਕਰ ਦਿੱਤਾ ਕਿ ਤਿੰਨ ਦਿਨ ਆਇਆ ਨਹੀਂ ਤੇ ਮੇਰੇ ਪੈਣੀਆਂ ਤਾਂ ਹੈਗੀਆਂ ਪਰ ਟੀਚਰ ਨੇ ਜਦੋਂ ਕਿਹਾ ਜਦੋਂ ਦਾ ਹੋਮਵਰਕ ਦੇਖਿਆ ਬਿਲਕੁਲ ਠੀਕ ਕੀਤਾ ਜਦੋਂ ਉਹਨੇ ਕਿਹਾ ਪਸਰਾ ਪਾਠ ਆਪਣਾ ਸਬਕ ਸੁਣਾ ਜਿਹੜਾ ਕਰਕੇ ਆ ਦਿੱਤਾ ਇਸ ਦਿਨ ਨੂੰ ਉਹ ਵੀ ਠੀਕ ਹੈ ਤੇ ਟੀਚਰ ਹੈਰਾਨ ਬੜਾ ਹੋਇਆ ਜਿਹਦਾ ਕੋਈ ਸ਼ਬਦ ਨਹੀਂ ਸੀ ਯਾਦ ਹੁੰਦਾ ਜਿਹਨੇ ਇੱਕ ਵੀ ਹੋਮਵਰਕ ਨਹੀਂ ਸੀ ਕੀਤਾ ਉਹਨੂੰ ਬੋਲੀ ਕੇ ਆ ਕੇ ਤੇਰੇ ਦਰ ਆਇਆ ਵੀ ਨਹੀਂ ਟੀਚਰ ਨੂੰ ਉਹ ਖੁਸ਼ ਹੀ ਇੰਨਾ ਹੋਇਆ ਕਹਿੰਦਾ ਬੈਠ ਜਾ ਉੱਥੇ ਬੋਲੀ ਸੀਟ 'ਤੇ ਆ ਕੇ ਬੈਠ ਤੂੰ ਪਾਠ ਕਰ ਤੂੰ ਆਪਣਾ ਸਬਕ ਯਾਦ ਕਰ ਰਿਹਾ ਤੂੰ ਆਪਣਾ ਹੋਮਵਰਕ ਕਰਕੇ ਆਇਆ ਤੂੰ ਮੋਲੀ ਸੀਟ 'ਤੇ ਆ ਕੇ ਬੈਠ ਉਹਨੂੰ ਪਿੱਛੇ ਨਾ ਬੈਠ ਫੇ ਮਰੇ ਕੋਲ ਬਿਠਾ ਲਿਆ ਦੂਜੇ ਦਿਨ ਫੇਰੇ ਇਦਾਂ ਹੀ ਇਹ ਮੂਲ ਮੰਤਰ ਦਾ ਜਾਪ ਵੀ ਕਰਦਾ ਹੈ ਸਵੇਰੇ ਟਾਈਮਸ ਉੱਠਦਾ ਹੈ ਟਾਈਮਸ ਸੌਂਦਾ ਹੈ ਟਾਈਮਸ ਉੱਠਿਆ ਤੇ ਟਾਈਮਸ ਸੌਣਾ ਵੀ ਪੈਣਾ ਫਿਰ ਮੂਲ ਮੰਤਰ ਦਾ ਜਾਪ ਕਰਦਾ ਰਹਿੰਦਾ ਜਦੋਂ ਕੋਈ ਮੁਸੀਬਤ ਆਉਂਦੀ ਹੈ ਮੂਲ ਮੰਤਰ ਦਾ ਜਾਪ ਕਰਦਾ ਜਿੱਦਾਂ ਗ੍ਰੰਥੀ ਨੇ ਸਮਝਾਇਆ ਸੀ ਨਾਲ ਹੋਮਵਰਕ ਕਰਦਾ ਆਪਣੀ ਵਰਦੀ ਠੀਕ ਕਰਦਾ ਸਾਫ਼ ਕਰਦਾ ਆਪਣੇ ਅੱਤੇ ਪ੍ਰੈਸ ਵੀ ਮਾਰ ਮਾਰਦਾ ਜਿਉਂ ਕੁਝ ਗ੍ਰੰਥੀ ਨੇ ਸਿਖਾਇਆ ਸੀ ਬਿਲਾਤ ਨੂੰ ਕੁੱਟ ਨਹੀਂ ਪਊਗਾ ਆਈ ਤੂੰ ਆ ਮੂਲ ਮੰਤਰ ਕਰਦਿਆ ਕਰਦਾ ਕੰਮ ਨਾਲ ਕਰੀ ਗਈ ਦੂਜੇ ਦਿਨ ਫੇਸਕੁੱਲੀ ਕਾ ਪਾਠ ਸੁਣਾਇਆ ਟੀਚਰ ਨੇ ਹੋਰ ਸਤਿਕਾਰ ਕੀਤਾ ਇਹ ਜਿਹੜਾ ਸਬਕ ਦਿੱਤਾ ਹੈ ਜੋ ਸੁਣਾਇਆ ਜਦੋਂ ਟੀਚਰ ਨੇ ਹੋਰ ਸਤਿਕਾਰ ਦਿੱਤਾ ਹੋਮਵਰਕ ਦਿੱਤਾ ਔਰ ਸਗੋਂ ਨੂੰ 2-4 ਦਿਨ ਜਦੋਂ ਇਦਾਂ ਹੋ ਗਿਆ ਵੀ ਸਾਰਾ ਹੋਮਵਰਕ ਵੀ ਕਰਕੇ ਆਉਂਦਾ ਹੈ ਸਬਕ ਵੀ ਯਾਦ ਕਰਕੇ ਆਉਂਦਾ ਹੈ ਔਰ ਕਿਸੇ ਨੂੰ ਕਹਿੰਦਾ ਵੀ ਕੁਝ ਨਹੀਂ ਲੜਦਾ ਵੀ ਕੁਝ ਨਹੀਂ ਸਾਰੀ ਕਲਾਸ ਦਾ ਮਿਲਟਰੀ ਬਣਾਤਾ ਹੁਣ ਜੂਖਾਂ ਦਾ ਪੜ੍ਹਨ ਨੂੰ ਜੀ ਕਰ ਲੱਪਿਆ ਜਦੋਂ ਟੀਚਰ ਵੱਲੋਂ ਪਿਆਰ ਮਿਲਣਾ ਸ਼ੁਰੂ ਹੋਇਆ ਪਰ ਉਹ ਨਾਲ ਇਹ ਰਮਝ ਸਮਝਦਾ ਹੈ ਕਿਬਾ ਮੂਲ ਮੰਤਰ ਨਾਲ ਜੁੜਿਆ ਤਾਂ ਗੱਲ ਹੋਈ ਐ ਜੇ ਮੂਲ ਮੰਤਰ ਨਾ ਮੇਰੇ ਕੋਲ ਹੁੰਦਾ ਤੇ ਗੱਲ ਨਹੀਂ ਸੀ ਹੋਣੀ ਉਹਨੂੰ ਮੂਲ ਮੰਤਰ ਦਾ ਜਾਬੀ ਸ਼ੁਰੂ ਕਰ ਲਿਆ ਜਿੱਦਾਂ ਗਰੰਤੀ ਨੇ ਸਮਝਾਇਆ ਗਰੰਤੀ ਦਾ ਜਾ ਕੇ ਸਤਕਾਰ ਵੀ ਕੀਤਾ ਆਖਿਆ ਮੂਲ ਮੰਤਰ ਦਾ ਉਹਨੇ ਕਹਾ ਮੂਲ ਮੰਤਰ ਜਿ ਮੰਨ ਲਾ ਕੇ ਰੱਖ ਤੇ ਤੈਨੂੰ ਜ਼ਿੰਦਗੀ ਚ ਜੋ ਬੰਨਾ ਜਾਏਗਾ ਉਹ ਬਣੇਗਾ ਵੱਡੇ ਤੋਂ ਵੱਡਾ ਅਹੁਦਾ ਲੈਣਾ ਚਾਹੇਗਾ ਵੱਡੇ ਤੋਂ ਵੱਡਾ ਅਹੁਦਾ ਮਿਲੇਗਾ ਮਿਲੇਗਾ ਤੈਨੂੰ ਪਰ ਮੂਲ ਮੰਤਰ ਨੂੰ ਨਾ ਛੱਡੀ ਤੇ ਮੂਲ ਮੰਤਰ ਇਹ ਆ ਕਿ ਜਿਹੜੇ ਕੰਮ ਮਿਲਦੇ ਸਭ ਨੂੰ ਮਿਲਦੇ ਉਹ ਵੀ ਯਾਦ ਕਰਨੇ ਨੇ ਜੋ ਹੋਮਵਰਕ ਉਹ ਵੀ ਕਰਨਾ ਹੈ ਦੂਜਿਆਂ ਨਾਲ ਅੱਗੇ ਵੱਧ ਕੇ ਰਹਿਣਾ ਹੈ ਸਮੇਂ ਸਿਰ ਉੱਠਣਾ ਹੈ ਸਵੇਰੇ ਆਪਣੀ ਤਿਆਰੀ ਪੂਰੀ ਕਰਨੀ ਹੈ ਸਮੇਂ ਸਿਰ ਸੌਣਾ ਹੈ ਅਸੀਂ ਮਾੜੀ ਸੰਗਤ ਦੇ ਵਿੱਚ ਨਹੀਂ ਬੈਠਣਾ ਆਪਣੇ ਫਰਜ਼ ਸਾਰੇ ਪੂਰੇ ਕਰਨੇ ਤੇ ਨਾਲ ਮੂਲ ਮੰਤਰ ਦਾ ਜਾਪ ਕਰਦੇ ਰਹਿਣਾ ਗ੍ਰੰਥੀ ਨੇ ਗੱਲ ਸਮਝਾ ਦਿੱਤੀ ਤੇ ਉਹ ਕਹਿੰਦਾ ਜੇ ਕਿਦੇ ਉਹ ਗ੍ਰੰਥੀ ਦੇ ਮੈਨੂੰ ਮੂਲ ਮੰਤਰ ਵਾਲਾ ਇਹ ਮੰਤਰ ਨਾ ਦਿੱਤਾ ਹੁੰਦਾ ਜਿਕਦੇ ਦਾ ਜਾਪ ਕਰਨਾ ਮੈਨੂੰ ਨਾ ਸਿਖਾਇਆ ਹੁੰਦਾ ਜੇ ਕਿ ਮੈਨੂੰ ਰੱਖਣਾ ਹੁੰਦਾ ਕਿ ਸਵੇਰੇ ਤੜਕੇ ਟਾਈਮ ਸਿਰ ਉੱਠਣਾ ਟਾਈਮ ਸਿਰ ਸੌਣਾ ਮਾੜੀ ਸੰਗ ਵਿੱਚ ਨਹੀਂ ਬੈਠਣਾ ਤੇ ਨਾ ਮੈਂ ਪੜ ਸਕਣਾ ਸੀ ਮੈਂ ਤਾਂ ਸਕੂਲ ਛੱਡੀ ਬੈਠਾ ਸੀ ਨਾ ਮੈਂ ਪੜ ਸਕਣਾ ਸੀ ਨਾ ਮੈਂ ਮਿਲਟਰੀ ਵਿੱਚ ਭਰਤੀ ਹੋ ਸਕਣਾ ਸੀ ਤੇ ਜੇ ਭਰਤੀ ਵੀ ਕਦੇ ਹੋ ਜਾਂਦਾ ਪੜਾਈ ਤੋਂ ਬਣਾ ਤੇ ਇੱਕ ਸਿਪਾਹੀ ਰਹਿੰਦਾ ਜਨਰਲ ਕਿੱਥੇ ਬਣਨਾ ਸੀ ਚੀਫ ਆਫ ਦਾ ਸਟਾਫ ਬਣਿਆ ਆਰਮੀ ਦਾ ਪਾਕਿਸਤਾਨ ਦੀ ਆਰਮੀ ਦਾ ਤੇ ਫਿਰ ਸਮਾਂ ਇਹ ਹੋ ਜਾਇਆ ਤਖਤਾ ਪਲਟਾ ਕੇ ਰਾਸ਼ਟਰਪਤੀ ਬਣ ਗਿਆ ਇਹ ਵੱਡੇ ਤੋਂ ਵੱਡਾ ਆਉਂਦਾ ਉੱਚੇ ਤੋਂ ਉੱਚਾ ਆਉਂਦਾ ਇਹ ਮਿਲਿਆ ਤੇ ਮੂਲ ਮੰਤਨਾ ਮਿਲਿਆ ਜੈਬਖਾਂ ਅਯੂਬਖਾਨ ਨੇ ਇਹ ਗੱਲ ਮਿਹਰਬਾਨ ਨੂੰ ਦੱਸੀ ਤੇ ਮਿਹਰਬਾਨ ਨੇ ਇਹ ਗੱਲ ਫਿਰ ਡਾਕਟਰ ਨੋਖ ਸਿੰਘ ਜਦੋਂ ਰਹਿੰਦੇ ਸਨ ਸਿੰਗਾਪੁਰ ਦੇ ਵਿੱਚ ਉਹਨਾਂ ਦੇ ਕੋਲ ਉਹਨਾਂ ਨੇ ਮਿਹਰਬਾਨ ਨੇ ਡਾਕਟਰ ਨੋਖ ਸਿੰਘ ਨੂੰ ਗੱਲ ਦੱਸੀ ਨੋਖ ਸਿੰਘ ਨੇ ਗੱਲ ਲਿਖੀ ਪਰ ਮਿਹਰਬਾਨ ਕੀ ਦੀ ਗੱਲ ਗਲਤ ਨਾ ਕਹਿ ਰਿਹਾ ਹੋਵੇ ਮਨ ਦੇ ਅੰਦਰ ਇਹ ਹਾਲੇ ਕਿ ਮਿਹਰਬਾਨ ਦੀ ਸ਼ਖਸੀਤ ਮਿਹਰਬਾਨ ਸਿੰਘ ਦੀ ਸ਼ਖਸੀਤ ਇਦਾਂ ਦੀ ਕਿ ਉਹ ਤੇ ਸ਼ੱਕ ਨਹੀਂ ਕੀਤਾ ਜਾ ਸਕਦਾ ਪਰ ਲੋਕੀ ਦੂਜਾ ਬੰਦਾ ਕਿਦਾਂ ਯਕੀਨ ਕਰੇ ਕਿ ਇੱਕ ਇਸਲਾਮਕ ਦੇਸ਼ ਦੇਸ਼ ਦਾ ਰਾਸ਼ਟਰਪਤੀ ਚੀਫ ਆਫ ਆਰਮੀ ਜਿਹੜਾ ਰਿਆ ਹੋਇਆ ਉਹ ਇਸਲਾਮਕ ਦੇਸ਼ ਦਾ ਹੋਵੇ ਮੁਖੀ ਤੇ ਮੂਲ ਮੰਤਰ ਦੀ ਤਖਤੀ ਪੇਂਟਿੰਗ ਕੀਤੀ ਹੋਈ ਸਾਰੀ ਜਿਹੜੀ ਆ ਗੁਰਮੁਖੀ ਚ ਵੀ ਤੇ ਸ਼ਾਹ ਮੁਖੀ ਚ ਵੀ ਆਪਣੇ ਦਫ਼ਤਰ ਚ ਲਟਕਾ ਕੇ ਰੱਖੇ ਇਹ ਸੰਭਵ ਕਿਦਾਂ ਹੋ ਸਕਦਾ ਸੁਣਨ ਵਾਲੇ ਦਲ ਦਾ ਯਕੀਨ ਨਹੀਂ ਪਰ ਮਿਹਰਬਾਨ ਨੇ ਆਖਿਆ ਕਿ ਅਜੂਬ ਖਾਨ ਨੇ ਰਾਸ਼ਟਰਪਤੀ ਜੂਬ ਖਾਨ ਨੇ ਗੱਲ ਕਿਸੇ ਤੋਂ ਲੁਕਾ ਕੇ ਨਹੀਂ ਰੱਖੀ ਹੋਈ ਉਹਨੇ ਗੱਲ ਲਿਖਤੀ ਤੌਰ ਤੇ ਵੀ ਆਖੀ ਹੈ ਤੇ ਆਪਣੀ ਜੀਵਨੀ ਚ ਵੀ ਆਖੀ ਹੈ ਸਮਾਂ ਬੀਤ ਗਿਆ ਡਾਕਟਰ ਨੋਕ ਸਿੰਘ ਜੀ 70ਵਿਆਂ ਦੇ ਵਿੱਚ ਛੱਡ ਕੇ ਸਿੰਗਾਪੁਰ ਨੂੰ ਪੰਜਾਬ ਵਾਪਸ ਆ ਗਏ ਪੰਜਾਬ ਵਾਪਸ ਆ ਗਏ ਤੇ ਇੱਥੇ ਉਹਨਾਂ ਨੇ ਆ ਕੇ ਨਾਮਣਾ ਹੰਡਾਇਆ ਲਿਖਣਾ ਵੀ ਸ਼ੁਰੂ ਕੀਤਾ ਲਿਖਦੇ ਦੇ ਤੇ ਨਾਲ-ਨਾਲ ਉਹਨਾਂ ਨੇ ਚੀਨੀ ਹਸਪਤਾਲ ਵੀ ਖੋਲ੍ਹ ਲਿਆ। ਬੜਿਆ ਸਾਧ ਰੋਗ ਜਿਹੜੇ ਸਨ ਜਿਹੜੇ ਐਲੋਪੈਥੀ ਜਿੱਦੋਂ ਠੀਕ ਨਹੀਂ ਸੀ ਕਰ ਸਕਦੀ ਉਹ ਰੋਗ ਠੀਕ ਕੀਤੇ ਨਾਮ ਨਾਲ ਕਮਾ ਲਿਆ। ਵੱਡੇ ਨਾਵਾਂ شمار ਹੋਣ ਲੱਗੇ ਤੇ 2002 ਦੇ ਵਿੱਚ। ਜਦੋਂ ਦਿੱਲੀ ਗੁਰਦਾਰਾ ਪ੍ਰਬੰਧਕ ਕਮੇਟੀ ਪਾਕਿਸਤਾਨ ਦੇ ਗੁਰਦੁਆਰਿਆਂ ਦੇ ਪ੍ਰਬੰਧ ਨੂੰ ਇਹ ਵਿੱਚ ਸਹਾਇਕ ਹੋਣ ਦੇ ਲਈ ਉੱਥੇ ਇੱਕ ਸਰਾਵ ਵੀ ਬਣਾਈ ਸੀ ਦਿੱਲੀ ਗੁਰਦਾਰਾ ਪ੍ਰਬੰਧਕ ਕਮੇਟੀ ਲੋਨਾਂ ਕਾਨਾ ਸਾਹਿਬ ਜਦੋਂ ਉਹ ਜਥਾ ਗਿਆ ਤੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਪਰਮਜੀਤ ਸਿੰਘ ਜੀ ਸ਼ਰਨਾ ਉਸ ਜਥੇ ਚ ਉਚੇਚਾ ਸੱਦਾ ਦੇ ਕੇ ਪੰਜਾਬ ਤੋਂ ਡਾਕਟਰ ਮਨੋਖ ਸਿੰਘ ਨੂੰ ਨਾਲ ਲੈ ਕੇ ਗਏ ਜਦੋਂ 2002 ਦੇ ਵਿੱਚ ਡਾਕਟਰ ਮਨੋਖ ਸਿੰਘ ਜੀ ਪਰਮਜੀਤ ਸਿੰਘ ਸ਼ਰਨਾ ਦੇ ਜਥੇ ਦੇ ਵਿੱਚ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਥੇ ਦੇ ਵਿੱਚ ਪਾਕਿਸਤਾਨ ਪਹੁੰਚੇ ਗੁਰਦੁਆਰਿਆਂ ਦੇ ਦਰਸ਼ਨ ਕੀਤੇ ਨੰਕਾਣਾ ਸਾਹਿਬ ਦੇ ਦਰਸ਼ਨ ਕੀਤੇ ਪੰਜਾ ਸਾਹਿਬ ਦੇ ਦਰਸ਼ਨ ਕੀਤੇ ਕਰਤਾਰਪੁਰ ਦੇ ਦਰਸ਼ਨ ਕੀਤੇ ਲਾਹੌਰ ਦੇ ਗੁਰਦੁਆਰਿਆਂ ਦੇ ਦਰਸ਼ਨ ਕੀਤੇ ਤੇ ਲਾਹੌਰ ਦੇ ਗੁਰਦੁਆਰਿਆਂ ਦੇ ਦਰਸ਼ਨ ਕਰਦਿਆਂ ਕਰਦਿਆਂ ਜਦੋਂ ਮਹਾਰਾਜ ਰਜੀਤ ਸਿੰਘ ਦੇ ਕਿਲੇ ਦੇ ਦਰਸ਼ਨ ਕੀਤੇ ਪੁਰਾਣੀ ਅਵਸਥਾ ਦੇਖੀਆਂ ਅੰਦੀਗ ਅਵਸਥਾ ਦੇਖੀਆਂ ਤੇ ਉਹ ਦਰਸ਼ਨ ਕਰਦਿਆਂ ਉਹਨਾਂ ਨੂੰ ਯਾਦ ਆ ਗਿਆ ਮਿਹਰਬਾਨ ਸਿੰਘ ਵੱਲੋਂ ਸਦਾਈ ਹੋਈ ਸਿੰਗਾਪੁਰ ਚ ਗੱਲ ਜਿਹੜੀ ਉਹਨਾਂ ਨੇ ਤਿੰਨ ਚਾਰ ਦਹਾਕੇ ਪਹਿਲਾਂ ਸਦਾਈ ਸੀ ਤੰਦ ਹੱਕ ਬਿਲਾਂ ਸਨਾਈ ਹੋ ਜਦੋਂ ਘੱਲ ਯਾਦ ਆ ਗਈ ਤੇ ਨਾਲ ਆਖਿਆ ਕਿ ਇਹਦਾ ਜ਼ਿਕਰ ਜੂਬਖਾਨ ਨੇ ਆਲਕੋਇਆ ਨਹੀਂ ਹੋਇਆ ਉਹਨੇ ਆਪਣੀਆਂ ਇਹ ਜੀਵਨੀ ਦੇ ਵਿੱਚ ਇਹਦਾ ਜ਼ਿਕਰ ਕੀਤਾ ਤੇ ਉਹ ਕਿਤਾਬਾਂ ਦੀ ਦੁਕਾਨ ਵੱਲ ਲਾਹੌਰ ਹੁੰਦੇ ਕਿਤਾਬਾਂ ਦੀ ਦੁਕਾਨ ਤੇ ਗਿਆ ਚੇਚੇ ਤੌਰ ਦੇ ਉੱਤੇ ਡਾਕਟਰ ਨੁਕਸੇ ਤੋਂ ਨੇ ਜਾ ਕੇ ਉਸ ਕਿਤਾਬਾਂ ਦੀ ਦੁਕਾਨ ਤੇ ਕਿਹਾ ਕਿ ਮੈਨੂੰ ਜੀਵਨੀ ਜਿਹੜੀ ਲਿਖੀ ਹੋਈ ਹੈ ਅਯੂਬ ਖਾਨ ਦੀ ਰਾਸ਼ਟਰਪਤੀ ਜਿਹੜਾ ਤੁਹਾਡਾ ਹੋਇਆ ਜਿਹੜਾ ਚੀਫ ਆਫ ਆਰਮੀ ਵੀ ਹੋਇਆ ਹੈ ਆਰਮੀ ਦਾ ਜਨਰਲ ਹੋਇਆ ਹੈ ਜਨਰਲ ਅਯੂਬ ਖਾਨ ਦੀ ਲਿਖੀ ਹੋਈ ਜੀਵਨੀ ਰਾਸ਼ਟਰਪਤੀ ਦੀ ਲਿਖੀ ਹੋਈ ਜੀਵਨੀ ਚਾਹੀਦੀ ਆ ਉਹਨਾਂ ਦੀ ਜੀਵਨੀ ਦੀ ਕਿਤਾਬ ਚਾਹੀਦੀ ਆ ਤੇ ਦੁਕਾਨਦਾਰ ਨੇ ਉਹ ਜਿਹੜੀ ਕਿਤਾਬ ਲਿਆ ਕੇ ਫੜਾਈ ਕਿਤਾਬ ਦਾ ਨਾਮ ਸੀ ਫਰੈਂਡਸ ਨਾਟ ਮਾਸਟਰ ਬਾਇਓਗ੍ਰਾਫੀ ਸੀਗੀ ਮੁਹੰਮਦ ਅਯੂਬ ਖਾਨ ਦੀ ਜਿਹੜੇ ਪਾਕਿਸਤਾਨ ਦੇ ਰਾਸ਼ਟਰਪਤੀ ਵੀ ਰਹੇ ਤੇ ਫੌਜਾਂ ਦੇ ਚੀਫ ਵੀ ਰਹੇ ਫਰੈਂਡਸ ਨਾਟ ਮਾਸਟਰ ਡਾਕਟਰ ਨੁਕਸਨ ਡਾਕਟਰ ਨੁਕਸਨ ਦੇ ਕਾਰਨ ਮਤਾਬਕ ਉਹਨਾਂ ਦੇ ਵਿੱਚ 2000 ਦੇ ਵਿੱਚ ਇਸ ਕਿਤਾਬ ਦੀ ਕੀਮਤ ਉਹ 200 ਰੁਪਏ ਸੀ ਸਿਰਫ ਉਹਨਾਂ ਨੇ 200 ਰੁਪਏ ਦਿੱਤੇ ਤੇ ਇਹ ਕਿਤਾਬ ਲੈ ਲਈ ਤੇ ਫਿਰ ਉਹਨਾਂ ਨੇ ਕਿਤਾਬ ਪੜ੍ਹਨੀ ਸ਼ੁਰੂ ਕੀਤੀ ਉਹ ਕਿਤਾਬ ਨੂੰ ਪੜ੍ਹਦੇ ਜਾਂਦੇ ਨੇ ਜਨਰਲ ਜੂਬ ਖਾਨ ਦੀ ਜੀਵਨੀ ਦੇ ਪੰਨੇ ਪਲਟੇ ਜਾਂਦੇ ਨੇ ਤੇ ਜਿਹੜੀ ਗੱਲ ਮਿਹਰਬਾਨ ਸਿੰਘ ਨੇ ਸਿੰਗਾਪੁਰ ਚ ਉਹਨਾਂ ਨੂੰ ਦੱਸੀ ਸੀ ਉਹ ਗੱਲ ਜ਼ਿਕਰ ਉਦਾਂ ਹੀ ਉਸੇ ਰੂਪ ਦੇ ਵਿੱਚ ਕਿ ਮੈਂ ਛੋਟਾ ਹੁੰਦਾ ਸਾਂ ਸਕੂਲੇ ਜਾਂਦਾ ਸਾਂ ਸਕੂਲੇ ਨਲਾਇਕ ਬੱਚਾ ਸਾਂ ਨਹੀਂ ਸਭ ਪੜਦਾ ਫਿਰ ਮੈਂ ਇਹ ਗੁਰਦੁਆਰੇ ਵਿੱਚ ਲੁਕ ਗਿਆ ਸਾਂ ਤੇ ਫਿਰ ਗੁਰਦੁਆਰੇ ਵਿੱਚ ਲੁਕੇ ਨੂੰ ਗ੍ਰੰਥੀ ਨੇ ਮੈਨੂੰ ਮੂਲ ਮੰਤਰ ਦਾ ਜਾਪ ਦਿੱਤਾ ਨਾਲ ਜ਼ਿੰਦਗੀ ਦਾ ਮੂਲ ਮੰਤਰ ਦਿੱਤਾ ਤੇ ਉਹ ਮੂਲ ਮੰਤਰ ਦਾ ਜਾਪ ਤੇ ਜ਼ਿੰਦਗੀ ਦਾ ਜਿਹੜਾ ਮੈਨੂੰ ਮੂਲ ਮੰਤਰ ਦਿੱਤਾ ਉਹਦੇ ਆਸਰੇ ਹੀ ਮੈਂ ਵੱਡੀਆਂ ਤੋਂ ਵੱਡੀਆਂ ਪ੍ਰਾਪਤੀਆਂ ਕੀਤੀਆਂ ਮੇਰੀ ਪੜ੍ਹਾਈ ਉੱਥੋਂ ਸ਼ੁਰੂ ਹੋਈ ਵੱਡੀ ਪੜ੍ਹਾਈ ਕੀਤੀ ਫੌਜ ਦੇ ਵਿੱਚ ਵੱਡਾ ਅਹੁਦਾ ਹੰਡਾਇਆ ਤੇ ਫਿਰ ਰਾਸ਼ਟਰਪਤੀ ਵੀ ਬਣਿਆ ਫਰੈਂਡਸ ਨਟ ਮਾਸਟਰ ਪੁਸ਼ਟੀ ਹੋ ਗਈ ਉਸ ਗੱਲ ਦੀ ਜਨਰਲ ਯੂਬ ਖਾਨ ਦੀ ਕਈ ਹੋਈ ਆਪਣੀ ਗਲਤੀ ਜਿਹੜੀ ਕਦੀ ਉਹਨੇ ਮਿਹਰਬਾਨ ਨੂੰ ਕਹੀ ਸੀ ਹੁਣ ਉਹਨੇ ਆਪਣੀ ਕਿਤਾਬ ਦੇ ਵਿੱਚ ਲਿਖੀ ਉਹਦੀ ਕਲਮ ਦੇ ਨਾਲ ਜਿਹੜੀ ਲਿਖੀ ਹੋਈ ਸੀ ਆਪ ਲਿਖੀ ਹੋਈ ਸੀ ਬਾਇਓਗ੍ਰਾਫੀ ਦੇ ਰੂਪ ਚ ਲਿਖੀ ਹੋਈ ਸੀਗੀ ਇਸ ਗੱਲ ਦੀ ਪੁਸ਼ਟੀ ਹੋ ਗਈ ਤੇ ਨੋਖ ਸਿੰਘ ਨੇ ਖੁਸ਼ੀਬੀ ਉਹਨੇ ਗੱਲ ਕਹੀਆਂ ਹੋਰਾਂ ਨੂੰ ਵੀ ਪੜਾਈ ਤੇ ਨੋਖ ਸਿੰਘ ਨੇ ਫਿਰ ਇਸ ਸਾਰੀ ਗੱਲ ਨੂੰ ਆਧਾਰ ਬਣਾ ਕੇ ਮਹਿਰਬਾਨ ਸਿੰਘ ਦੀ ਗੱਲ ਨੂੰ ਜੋਨੇ ਸਿੰਗਾਪੁਰ ਚ ਸੁਣੀ ਸੀ ਮਹਿਰਬਾਨ ਦੇ ਜਥੇਨਾ ਜੋ ਵਾਪਰਿਆ ਸੀ ਉਹ ਯੂਬਖਾਨਾ ਜੋ ਵਾਪਰਿਆ ਸੀ ਉਹ ਇੱਕ ਕਿਤਾਬ ਫਰੈਂਚ ਨਾਟ ਮਾਸਟਰ ਜਿਹੜੀ ਉਹਨਾਂ ਨੇ ਪੜ੍ਹੀ ਇਹ ਸਾਰੀ ਗੱਲ ਨੂੰ ਇੱਕ ਲੜੀ ਦੇ ਵਿੱਚ ਪਰੋ ਕੇ ਡਾਕਟਰ ਨੋਖ ਸਿੰਘ ਚੀਨੀ ਹਸਪਤਲ ਬਠਿੰਡਾ ਵਾਲਿਆਂ ਨੇ ਇੱਕ ਛੋਟਾ ਜਿਹਾ ਟਰੈਕਟ ਤਿਆਰ ਕੀਤਾ ਉਹਦਾ ਨਾਮ ਰੱਖਿਆ ਕਰਮਾਤ ਮੂਲ ਮੰਤਰ ਦੀ ਤੇ ਜਿਹੜੀ ਕਰਾਮਾਤ ਮੂਲ ਮੰਤਰ ਦੀ ਜੋ ਕੁਛ ਉਹਨਾਂ ਨੇ ਲਿਖਿਆ ਉਹਦਾ ਸਾਰਨ ਸੀ ਮੈਂ ਆਪ ਸਭ ਨਾਲ ਸਾਂਝਾ ਕੀਤਾ ਹੈ ਕਰਾਮਾਤ ਮੂਲ ਮੰਤਰ ਦੀ ਕੁਝ ਹੋਰ ਵੀ ਉਹਦੇ ਵਿੱਚ ਵਿਸਥਾਰ ਹੈ ਕੁਝ ਹੋਰ ਵੀ ਗੱਲਾਂ ਨੇ ਪਰ ਮੈਂ ਉਸ ਟਰੈਕਟ ਦੇ ਵਿੱਚੋਂ ਖਾਸ ਤੌਰ ਤੇ ਜਿਹੜੀ ਗੱਲ ਆਪ ਸਭ ਨਾਲ ਸਾਂਝੀ ਕੀਤੀ ਹੈ ਇੱਕੋ ਹੀ ਮੇਰਾ ਮਕਸਦ ਇੱਕੋ ਹੀ ਹੈ ਕਿ ਜ਼ਿੰਦਗੀ ਨੂੰ ਇੱਕ ਸੇਧ 'ਚ ਰੱਖਣਾ ਹੈ ਤੇ ਸਾਨੂੰ ਮੂਲ ਮੰਤਰ ਦਾ ਆਸਰਾ ਲੈਣਾ ਪੈਣਾ ਹੈ ਜਿੰਦਗੀ ਨੂੰ ਇੱਕ ਸੇਧ 'ਚ ਰੱਖਣਾ ਹੈ ਤਾਂ ਸਾਨੂੰ ਜ਼ਿੰਦਗੀ ਦਾ ਮੂਲ ਮੰਤਰ ਸਿੱਖਣਾ ਪੈਣਾ ਹੈ ਜਿੰਦਗੀ ਨੂੰ ਇੱਕ ਸੇਧ 'ਚ ਰੱਖਣਾ ਹੈ ਤਾਂ ਸਾਨੂੰ ਰੱਬੀ ਰਹਾਂ ਤੇ ਤੁਮਨਾ ਪੜਨਾ ਹੈ ਜ਼ਿੰਦਗੀ ਨੂੰ ਇੱਕ ਸੇਧ 'ਚ ਰੱਖਣਾ ਹੈ ਤਾਂ ਸਾਨੂੰ ਆਪਣੀ ਜ਼ਿੰਦਗੀ ਨੂੰ ਕਿਸੇ ਸਾंचे ਦੇ ਵਿੱਚ ਢਾਲਣਾ ਪੈਣਾ ਹੈ ਕਰਾਮਤ ਮੂਲ ਮੰਤਰ ਦੀ ਡਾਕਟਰ ਨੋਗ ਸਿੰਘ ਚਿੰਨੀ ਹਵਸਤਾਰ ਜਿਨ੍ਹਾਂ ਦਾ ਬਠਿੰਡਾ ਦੇ ਵਿੱਚ ਉਹਨਾਂ ਨੇ ਟ੍ਰੈਕਟ ਲਿਖਿਆ ਪਰ ਉਹਦੇ 베ਸ ਦੇ ਪਿੱਛੇ ਘਟਨਾ ਖੜੀ ਆ ਜਿਹੜੀ ਮਿਹਰਬਾਨ ਸਿੰਘ ਸਿੰਗਾਪੁਰ ਵਾਲਿਆਂ ਨੇ ਉਹਨੂੰ ਸੁਣਾਈ 17ਵੇਂ ਦਹਾਕੇ 'ਚ ਤੇ ਫਿਰ ਜਾ ਕੇ ਉਹਨਾਂ ਨੇ ਪਾਕਿਸਤਾਨ ਦੇ ਗੁਰਦਾਰਿਆਂ ਦੇ ਦਰਸ਼ਨ ਕਰਦਿਆਂ 2002 ਦੇ ਵਿੱਚ ਇਹ ਕਿਤਾਬ ਖਰੀਦੀ ਅਯੂਬ ਖਾਨ ਦੀ ਫਰੈਂਡਸ ਨਾਟ ਮਾਸਟਰ ਉਹਨੂੰ ਆਧਾਰ ਬਣਾ ਕੇ ਜੋ ਕੁਝ ਉਸ ਨੇ ਲਿਖਿਆ ਇਹ ਕਹਾਣਾ ਸੰਜੀ ਕਰਨਾ ਮਕਸਦ ਮੇਰਾ ਇੱਕੋ ਹੀ ਹੈ ਦੁਬਾਰਾ ਦੁਹਰਾ ਕੇ ਕਹਦੇ ਆ ਕਿ ਮੁਲਮੰਤਰ ਕਾਹੋ ਜੀ ਸ਼ਕਤੀ ਹੈ ਮੁਲਮੰਤਰ ਕਾਹੋ ਜੀ ਸੇਦਾ ਮੁਲਮੰਤਰ ਕਾਹੋ ਜਿਹਾ ਕਰিজਮਾ ਹੈ ਜਿੱਦਾਂ ਜੁੜ ਕੇ ਪਤਾ ਨਹੀਂ ਕਿੰਨੀਆਂ ਕਾਰਵਾਤਾ ਹੋਈਆਂ ਨੇ ਤੇ ਕਿੰਨੀਆਂ ਹੋ ਸਕਦੀਆਂ ਨੇ ਜੇ ਜਨਰਲ ਅਯੂਬ ਖਾਨ ਦੇ ਵਿਗੜੇ ਹੋ ਬੱਚੇ ਦਾ ਨਲਾਇਕ ਬੱਚੇ ਦਾ ਜੀਵਨ ਸੁਧਾਰ ਸਕਦਾ ਹੈ ਮੁਲਮੰਤਰ ਦਾ ਮੰਤਰ ਉਹਨੂੰ ਰਾਸ਼ਟਰਪਤੀ ਦੇ ਅਹੁਦੇ ਤੱਕ ਪਹੁੰਚਾ ਸਕਦਾ ਹੈ ਤਾਂ ਅਧਿਆਤਮਿਕ ਰਾਹਾਂ ਤੇ ਤੁਰਨ ਵਾਲੇ ਗੁਰਨਾਨਕ ਦਾ ਸਿੱਖ ਤੁਸੀਂ ਸਾਰੇ ਜਦੋਂ ਮੂਲ ਮੰਤਰ ਨਾਲ ਜੁੜੋਗੇ ਅਸੀਂ ਸਾਰੇ ਜਦੋਂ ਮੂਲ ਮੰਤਰ ਨਾਲ ਜੁੜਾਂਗੇ ਤੇ ਮੂਲ ਮੰਤਰ ਸਾਨੂੰ ਜਿੱਥੇ ਅਗਮ ਨਿਗਮ ਦਾ ਰਾਹ ਦੱਸੇਗਾ ਉੱਥੇ ਇਸ ਦੁਨੀਆ 'ਚ ਵੀ ਸੇਤ ਦੇਵੇਗਾ ਇਹ ਮੂਲ ਮੰਤਰ ਕਿਸੇ ਕਲਾ ਅਧਿਆਤਮਿਕ ਮੰਤਰ ਨਹੀਂ ਰਹਿ ਜਾਵੇਗਾ ਇਹ ਮੂਲ ਮੰਤਰ ਜ਼ਿੰਦਗੀ ਜੀਉਣ ਦਾ ਵੀ ਮੰਤਰ ਬਣ ਜਾਵੇਗਾ ਜੁੜਿਏ ਮੂਲ ਮੰਤਰ ਨਾਲ ਸਤਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਸਤਗੁਰੂ ਦੀਆਂ ਬਖਸ਼ਿਸ਼ਾਂ ਪ੍ਰਾਪਤ ਕਰੀਏ ਇਹ ਗੱਲ ਸਮਝ ਇਹ ਗੱਲ ਸਾਂਝੀ ਕਰਨ ਦਾ ਸਿਰਫ ਇੱਕੋ ਇਹੀ ਮਕਸਦ ਹੈ ਆਓ ਜੀ ਇੱਕ ਵਾਰ ਫਤੇ ਸਾਂਝੀ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ